ਪੰਚਾਇਤ ਕਿਸਾਨੀ ਤੇ ਪਿੰਡੂ ਸੱਭਿਆਚਾਰ ਨੂੰ ਸਮਰਪਿਤ ਪੰਚਾਇਤ ਨਾਵਾ ਵਿੱਚ ਇੱਕ ਵਾਰ ਫਿਰ ਤੁਹਾਡਾ ਹਾਰਦਿਕ ਸਵਾਗਤ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਤੇ ਅੱਜ ਦਾ ਵਿਸ਼ਾ ਲੈ ਕੇ ਆਏ ਆ ਕਿ ਕੇਂਦਰ ਸਰਕਾਰ ਨੇ ਦੋ ਆਰਡੀਨੈਂਸ ਜਾਰੀ ਕੀਤੇ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਕੈਪਟਨ ਸਰਕਾਰ ਨੇ ਬੀਤੇ ਦਿਨ ਰੱਦ ਕਰ ਦਿੱਤਾ ਤੇ ਸਾਡੇ ਨਾਲ ਡਿਸਕਸ਼ਨ ਵਾਸਤੇ ਨੇ ਸਾਡੇ ਨਾਲ ਪੰਚਾਇਤ ਨਾਵਾ ਦੇ ਸੰਪਾਦਕ ਅਰਜਨ ਸ਼ਰਮਾ ਜੀ ਅਸੀਂ ਅਰਜਨ ਸ਼ਰਮਾ ਜੀ ਨੂੰ ਜਾਣਾਂਗੇ ਸ਼ਰਮਾ ਜੀ ਅੱਜ ਦਾ ਜਿਹੜਾ ਵਿਸ਼ਾ ਆ ਉਹ ਤੁਹਾਨੂੰ ਦੱਸ ਦਿੱਤਾ ਗਿਆ ਤੇ ਅਸੀਂ ਜਾਣਨਾ ਚਾਹਣਗੇ ਇਹਦੇ ਉੱਤੇ ਜਿਹੜਾ ਰੋਸ਼ਨੀ ਪਾਓ ਸਾਨੂੰ ਸਮਝ ਆਵੇ ਕਿ ਅਸਲ ਵਿੱਚ ਹੋ ਕੀ ਰਿਹਾ ਕਿਸਾਨਾਂ ਦਾ ਭਲਾ ਕੌਣ ਕਰ ਰਿਹਾ ਤੇ ਕਿਸਾਨਾਂ ਦੇ ਭਲੇ ਨੂੰ ਕੌਣ ਰੋਕ ਰਿਹਾ ਜਾਂ ਕਿਸਾਨਾਂ ਦੇ ਭਲੇ ਦੇ ਨਾਂ ਤੇ ਕੋਈ ਕੇਂਦਰ ਸਰਕਾਰ ਕੋਈ ਗਲਤ ਆਰਡੀਨੈਂਸ ਕਰ ਰਹੀ ਹੈ ਕੀ ਚੱਕਰ ਕੀ ਆ ਸਾਨੂੰ ਸਮਝ ਨਹੀਂ ਆ ਰਿਹਾ ਦੋ ਆਰਡੀਨੈਂਸ ਨੇ ਜੀ ਜੀ ਇੱਕ ਹੈ ਜੀ ਦ ਫਾਰਮਰ ਪ੍ਰੋਡਿਊਸਰਸ ਟ੍ਰੇਡ ਐਂਡ ਕਮਰਸ਼ੀਅਲ ਜੀ ਆਡੀਨਸ ਇਹਦੇ ਵਿੱਚ ਜਿਹੜਾ ਹੈ ਉਹ ਪ੍ਰੋਮੋਸ਼ਨ ਹੈ ਜੀ ਔਰ ਫੈਸਿਲਿਟੀ ਦੇਣ ਵਾਸਤੇ ਪ੍ਰਵੀਜ਼ਨਸ ਨੇ ਜੀ ਔਰ ਦੂਸਰਾ ਹੈ ਫਾਰਮਰ ਨੂੰ ਆਪਣੇ ਪੈਰਾਂ ਤੇ ਕਰਨ ਲਈ ਜੀ ਦਾ ਫਾਰਮਰ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਜੀ ਐਂਡ ਫਾਰਮ ਸਰਵਿਸ ਜੀ ਇਹ ਹੈਗਾ ਜੀ ਤਾਕਤ ਬਣਾਉਣ ਲਈ ਕਿਸਾਨਾਂ ਦੀ ਔਰ ਮਤਲਬ ਇਹ ਹੈਗਾ ਕਿਸਾਨ ਨੂੰ ਜਿਹੜੀ ਉਹਦੀ ਆਪਣੀ ਖੁਸ਼ਹਾਲੀ ਆ ਉਹਦੀ ਉਹਦੀ ਏਮਪਾਵਰਮੈਂਟ ਹਾਂ ਤੇ ਇੱਕ ਆਇਆ ਕਿ ਉਹਦਾ ਜਿਹੜਾ ਮਾਰਕੀਟਿੰਗ ਆ ਇੱਕ ਉਹਦਾ ਜੀ 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 ਔਰ ਇਸ ਤਰ੍ਹਾਂ ਥੋੜਾ ਇਸ ਕਿਸਮ ਦੇ ਆਰਡੀਨੈਂਸ ਦੀਆਂ ਕਾਨੂੰਨ ਦੀ ਜੀ ਬਹੁਤ ਦੇਰ ਤੋਂ ਔਰ شدت ਤੋਂ ਤਲਾਸ਼ ਕੀਤੀ ਜਾ ਰਹੀ ਸੀ ਹੂੰ ਬਹੁਤ ਸਾਰੇ ਅਯੋਗ ਬੈਠੇ ਹੂੰ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਰეკਮੈਂਡੇਸ਼ਨਸ ਦਿੱਤੀਆਂ ਸੀ ਹੂੰ ਕਿ ਅਗਰ ਅਸੀਂ ਕਿਸਾਨੀ ਨੂੰ ਆਪਣੇ ਪੈਰਾਂ ਦੇ ਭਾਰ ਕਰਦੇ ਹੀ ਜੀ ਤੇ ਜਿਹੜੀ बार-बार ਹਰ ਸਾਲ ਪ੍ਰੋਬਲਮ ਆਉਂਦੀ ਹੈ ਹਾਂਜੀ ਔਰ ਕਿਸਾਨ ਮਾਰੇ ਮਾਰੇ ਫਿਰਦੇ ਆ ਔਰ ਸਰਕਾਰ ਐਡੇ ਵੱਡੇ ਵਰਗ ਨੂੰ ਹਮ ਇਮਾਨਦਾਰੀ ਦੇ ਨਾਲ ਜੀ ਜੋ ਵੀ ਫੈਸਿਲਿਟੀ ਜਾਂ ਜੋ ਵੀ ਰਾਹਤ ਦੇਣੀ ਹੈ ਉਹ ਨਹੀਂ ਦੇ ਪਾਉਂਦੀ ਕਿਉਂਕਿ ਤੰਤਰ ਸਾਰਾ ਦਾ ਸਾਰਾ ਜਿਹੜਾ ਹੈ ਅੱਛਾ ਉਹ ਵਿੱਚ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਤੇ ਇਹਦੇ ਬਜਾਏ ਕਿਉਂ ਨਾ ਇਦਾਂ ਕੀਤਾ ਜਾਏ ਹਮ ਕਿ ਕਿਸਾਨ ਆਪਣੇ ਪੈਰਾਂ ਤੇ ਆਪ ਖੜਾ ਹੋ ਜਾਏ ਜੀ ਆਪਣੀ ਫਸਲ ਆਪਣੀ ਉਪਜ ਆਪਣੇ ਜਨਸ ਜਿਹਨੂੰ ਕਹਿੰਦੇ ਆ ਖੇਤਾਂ ਵਿੱਚ ਹਮ ਉਦਾ ਸੇਮ ਨੂੰ ਮਿਲ ਸਕੇ ਪਰ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਆ ਇਹ ਤਾਂ ਸੱਚਮੁੱਚ ਮੰਗ ਬੜੀ ਧੀਰ ਤੋਂ ਚੱਲੇ ਜਾ ਰਹੇ ਸੀ ਔਰ ਸਾਡੇਆਂ ਜਿਹੜੀਆਂ ਮੌਜੂਦਾ ਪਾਰਟੀਆਂ ਨੇ ਜਿਹਦੇ ਵਿੱਚ ਕਾਂਗਰਸ ਪਾਰਟੀ ਵੀ ਆਂਦੀ ਆ ਕੈਪਟਨ ਸਾਹਿਬ ਵੀ ਬੜੇ ਜੋਰ ਸ਼ੋਰ ਨਾਲ ਸਟੇਜਾਂ ਤੋਂ ਇਹ ਗੱਲ ਕਹਿੰਦੇ ਰਹੇ ਆ ਕਿ ਕਿਸਾਨਾਂ ਨੂੰ ਅਸੀਂ ਮਜ਼ਬੂਤ ਕਰਾਂਗੇ ਕਿਸਾਨਾਂ ਨੂੰ ਖੁਸ਼ਹਾਲ ਕਰਾਂਗੇ ਉਹਨਾਂ ਦੇ ਕਰਜ਼ੇ ਵੀ ਮਾਫ਼ ਕਰਾਂਗੇ ਬੜਾ ਕੁਝ ਜਿਹੜੇ ਵਾਅਦੇ ਕੀਤੇ ਜਾਂਦੇ ਆ ਤੇ ਤੁਹਾਨੂੰ ਕੀ ਲੱਗਦਾ ਕਿ ਜੇ ਕੈਪਟਨ ਸਾਹਿਬ ਜਿਹੜੇ ਆ ਉਹ ਉਸੇ ਦਿਸ਼ਾ 'ਚ ਬਤਰੇ ਮੋਦੀ ਸਰਕਾਰ ਕੁਝ ਗਲਤ ਕੰਮ ਕਰ ਰਹੀ ਸੀ ਇਸ ਐਕਟਰਾ ਜੋ ਆਰਡੀਨੈਂਸ ਆਇਆ ਹੂੰ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਸਮੇਂ ਤੋਂ ਹੋ ਹੱਲਾ ਮਚਾਇਆ ਜਾ ਰਿਹਾ ਔਰ ਇੱਕ ਐਸਾ ਮਾਹੌਲ ਬਣਾਇਆ ਜਾ ਰਿਹਾ ਸੀ ਹੂੰ ਤਾਂ ਕਿ ਸਰਕਾਰ ਜਿਹੜੀ ਹੈ ਹੂੰ ਉਸ ਦੀ ਆੜ ਵਿੱਚ ਕਿ ਲੋਕੀ ਜੀ ਰੋਡ ਤੇ ਆ ਕੇ ਜੀ ਧਰਨੇ ਲੱਗ ਰਹੇ ਆ ਜੀ ਬੜਾ ਵਿਰੋਧ ਹੋ ਰਿਹਾ ਜੀ ਹੂੰ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਕਿ ਇਹ ਐਕਟ ਹੈ ਕੀ ਆ ਹਾਂਜੀ ਇਹਦੇ ਵਿੱਚ ਕੀ ਆ ਜੀ ਅਸਲ ਗੱਲ ਤਾਂ ਇਹ ਹੈ ਕਿ ਇਹ ਇੱਕ ਵਿਵਸਥਾ ਪਰਿਵਰਤਨ ਦਾ ਬਹੁਤ ਵੱਡਾ ਫੈਸਲਾ ਹੈ ਜੀ ਅਸੀਂ ਲੋਕ ਸ਼ੁਰੂ ਤੋਂ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਜੀ ਵਿਅਕਤੀ ਬਦਲ ਬਦਲ ਕੇ ਥੱਕ ਗਏ ਹਮ ਸਾਨੂੰ ਲੋੜ ਸੀ ਵਿਵਸਥਾ ਪਰਿਵਰਤਨ ਦੀ ਜੀ ਜੇ ਵਿਅਕਤੀ ਬਦਲ ਜਾਏ ਵਿਵਸਥਾ ਉਹੀ ਰਹੇ ਹਮ ਤਾਂ ਉਹ ਵਿਅਕਤੀ ਵੀ ਪਹਿਲੇ ਵਾਂਗੂ ਅੱਛਾ ਪਰਫਾਰਮੈਂਸ ਨਹੀਂ ਦਿਖਾ ਸਕਦਾ ਜੀ ਕਿਉਂਕਿ ਵਿਵਸਥਾ ਦਾ ਰਾਹ ਲੋਕਦਈ ਹੈ ਹਮ ਹਮ ਵਿਵਸਥਾ ਇਹੋ ਜੀ ਮਕੜ ਜਾਲ ਹੈ ਹਾਂਜੀ ਕਿ ਹਰ ਪੈਰ ਤੇ ਜੰਜੀਰ ਪਾ ਦਿੰਦੀ ਹੈ ਹਮ ਇਸ ਦੇ ਮੱਦੇ ਨਜ਼ਰ ਕਿਸਾਨੀ ਨੂੰ ਅਪਲਿਫਟ ਕਰਨ ਵਾਸਤੇ ਦੋ ਤਿੰਨ ਚੀਜ਼ਾਂ ਸੋਚੀਆਂ ਗਈਆਂ ਜੀ ਪਹਿਲੀ ਗੱਲ ਤਾਂ ਇਹ ਕਿ ਸਰਕਾਰਾਂ ਜਿਹੜੀਆਂ ਉਹ ਪੋਲਿਟੀਕਲ ਰੀਜਨਸ ਦੇ ਪਿੱਛੇ ਹਮ ਸਿਆਸੀ ਕਾਰਨ ਕਰਕੇ ਜੀ ਵੋਟਾਂ ਦੇ ਕਾਰਨਾਂ ਦੇ ਕਰਕੇ ਹਮ ਸਿਰਫ ਐਮਐਸਪੀ ਨੂੰ ਹੀ ਸਭ ਕੁਝ ਬਣਾ ਕੇ ਬੈਠੀਆਂ ਸੀ ਹਮ ਕਿ ਮਿਨੀਮਮ ਸਪੋਰਟ ਪ੍ਰਾਈਸ ਹੀ ਸਭ ਕੁਝ ਚੀਜ਼ ਹੈ ਜੀ ਐਮਐਸਪੀ ਨੂੰ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਕਹਿੰਦੇ ਆ ਹਮ ਯਾਨੀ ਇਹ ਦਾ ਸਿੱਧਾ ਸਿੱਧਾ ਮਤਲਬ ਹੈ ਹੂੰ ਕਿ ਕਿਸਾਨ ਬਿਨਾ ਸਰਕਾਰ ਦੇ ਸਮਰਥਨ ਦੇ ਹੂੰ ਕੁਝ ਨਹੀਂ ਕਰ ਸਕਦਾ ਹੂੰ ਸਮਰਥਨ ਮੁੱਲ ਜੀ ਦਾ ਮਤਲਬ ਕੀ ਹੈ ਕਿ ਸਰਕਾਰ ਦੇ ਰਹੀ ਹੈ ਜੀ ਹੂੰ ਸਮਰਥਨ ਮੁੱਲ ਵੀ ਇਸ ਤੋਂ ਘੱਟ ਦਾ ਨੂੰ ਮਾਲ ਅਸੀਂ ਇਸ ਭਾਅ ਤੇ ਅਸੀਂ ਖਰੀਦ ਲਾਂਗੇ ਹੂੰ ਪਰ ਇਸ ਬਾਅਦ ਅਸੀਂ ਖਰੀਦ ਲਾਂਗੇ ਜੇ ਤੁਹਾਡਾ ਮਨੋਂ ਨਹੀਂ ਵਿਕਦਾ ਤਾਂ ਹੀ ਆ ਪਰ ਹੁਣ ਵੇਚਣ ਦਾ ਜਿਹੜਾ ਉਹ ਰਾਈਟ ਉਹਦੀ ਮੰਡੀ ਕਿੱਥੇ ਹੈ ਸਵਾਲ ਇਹ ਹੈ ਕਿ ਅਗਰ ਕੋਈ ਕਿਸਾਨ ਤੋਂ ਸਮਰਥਨ ਜਾਂ ਨਾ ਸਮਰਥਨ ਦੀ ਗੱਲ ਜਿਹੜੀ ਹੈ ਹੂੰ ਜਾਂ ਤਾਂ ਕੋਈ ਐਹੋ ਜੀ ਚੀਜ਼ ਖਰੀਦ ਰਹੀ ਹੋਵੇ ਜਿਹੜੀ ਕਿਤੇ ਵਿਕਦੀ ਨਹੀਂ ਭਈ ਪਰ ਸਰਕਾਰ ਨੇ ਖਰੀਦ ਰਹੀ ਆ ਹਾਂ ਫਿਰ ਤਾਂ ਕਹੀਏ ਸਮਰਥਨ ਮੋਲਾ ਜੀ ਕਿੰਨਾ ਸਮਰਥਨ ਮੋਲਾ ਕੋਈ ਮਤਲਬ ਸਮਝ ਆਉਂਦਾ ਜੀ ਜੀ ਜੇ 16 ਰੁਪਏ ਕਿਲੋ ਕਣਕ ਖਰੀਦ ਕੇ 30 ਰੁਪਏ ਕਿਲੋ ਆਟਾ ਵਿਕਦਾ ਪਿਆ ਤੇ ਉਹ 14 ਰੁਪਏ ਦਾ ਪ੍ਰੋਫਿਟ ਕੋਈ ਲੈ ਹੀ ਰਿਹਾ ਹੂੰ ਇਦਾਂ ਮਤਲਬ ਚੀਜ਼ ਜਿਹੜੀ ਹੈ ਜੀ ਉਹ ਹੋਰ ਜ਼ਿਆਦਾ ਮਹਿੰਗੀ ਹੋ ਸਕਦੀ ਸੀ ਹੂੰ ਉਹਦਾ ਪ੍ਰੋਫਿਟ ਹੋਰ ਜ਼ਿਆਦਾ ਵੱਧ ਸਕਦਾ ਸੀ ਹੂੰ ਲੇਕਿਨ ਐਮਐਸਪੀ ਤੇ ਦਿਖਾ ਕੇ ਇੱਕ ਜਗ੍ਹਾ ਤੇ ਬ੍ਰੇਕ ਲਗਾ ਦਿੱਤੀ ਗਈ ਮਤਲਬ ਤੁਹਾਡਾ ਸਿੱਧਾ ਸਿੱਧਾ ਕਹਿਣ ਦਾ ਮਕਸਦ ਇਹ ਹੈ ਵੀ ਅੱਜ 16-17 ਰੁਪਏ ਜਿਹੜੀ ਕਣਕ ਆ ਉਹ ਮੁੜ ਕੇ ਜਾ ਕੇ 30 ਰੁਪਏ ਉਹਦਾ ਆਟਾ ਵਿਕਦਾ ਉਹ ਬਜਾਏ ਕਿ ਉਹਦੇ ਕੋਲ 17 ਰੁਪਏ ਖਰੀਦ ਕੇ ਉਹਦੀ ਇੱਕ ਬੰਦਤਾ ਜਾਵੇ ਕਿ ਇਸ ਤੋਂ ਵੱਧ ਉਹ ਨਹੀਂ ਵੇਚ ਸਕਦਾ ਤੇ ਉਹ ਜਿਹੜੀ 30 ਰੁਪਏ ਜਾ ਕੇ ਵਿਕਦੀ ਹੈ ਜੇ ਕਿਸਾਨ ਸਿੱਧਾ ਖਪਤਕਾਰ ਨੂੰ ਵੇਚਦਾ ਉਹ 25 ਰੁਪਏ ਵੇਚ ਕੇ ਵੱਧ ਕਮਾਉਂਦਾ ਸੀ ਬਿਲਕੁਲ ਇਹਦੀ ਇਸ ਤੰਤਰ ਨੂੰ ਚਲਾਉਣ ਲਈ ਬੜੇ ਵੱਡੇ ਪੈਮਾਨੇ ਤੇ ਮਾਫੀਆ ਕੰਮ ਕਰਦਾ ਸਾਡੇ ਦੇਸ਼ ਦੇ ਵਿੱਚ ਜੀ ਉਸ ਮਾਫੀਆ ਦਾ ਸਭ ਤੋਂ ਵੱਡਾ ਪਾਇਆ ਸਭ ਤੋਂ ਵੱਡਾ ਫੈਕਟਰ ਜਿਹੜਾ ਹੈ ਉਹ ਐਫਸੀਆਈ ਹੈ ਜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਜੀ ਜੀ ਜਿਹੜਾ ਕਿ ਫਰਾਡ ਕਾਰਪੋਰੇਸ਼ਨ ਆਫ ਇੰਡੀਆ ਹੈ ਆ ਸ਼ਾਮਲ ਲੋਕ ਇਸ ਤਰ੍ਹਾਂ ਕਹਿੰਦੇ ਨੇ ਫਰਾਡ ਕਾਰਪੋਰੇਸ਼ਨ ਆਫ ਇੰਡੀਆ ਉਹ ਹੈ ਹੀ ਹੈ ਅੱਛਾ ਅੱਜ ਤੱਕ ਦਾ ਇਤਿਹਾਸ ਖੋਲ ਲਓ ਹਮ ਇੰਟਰਨੈਟ ਤੇ ਜਾਓ ਹਮ ਤੇ ਸਿਰਫ ਇਹ ਦੇਖ ਲਓ ਕਿ ਐਫਸੀਆਈ ਨੇ ਹਰ ਸਾਲ ਕਿੰਨੇ ਬਰਬਾਦ ਗਿਉ ਜਿਹੜਾ ਸੀਗਾ ਹਮ ਉਹਦਾ ਨਿਪਟਾਰਾ ਕੀਤਾ ਅੱਛਾ ਤੇ ਚਲੋ ਸਮਝ ਆ ਜਾਏਗੀ ਹਮ ਕਿ ਕਿਸਾਨ ਦੀ ਮਿਹਨਤ ਮਜ਼ਦੂਰੀ ਔਰ ਹੋਂ ਪਸੀਨੇ ਨਾਲ ਉਗਾਈ ਗਈ ਜਿਹੜੀ ਕਣਕ ਹੈ ਜੀ ਉਹਨੂੰ ਇੱਕ ਖਾਸ ਕਿਸਮ ਦੇ ਲੋਕਾਂ ਵਾਸਤੇ ਹਮ ਇਸਤਮਾਲਸ਼ੁਦਾ ਬਣਾਣ ਲਈ ਉਹਨੂੰ ਬਰਬਾਦ ਕੀਤਾ ਜਾਂਦਾ ਹੈ ਸਰਕਾਰ ਦੀਆਂ ਵੀ ਅੱਖਾਂ ਧੁਰ ਪਾਈ ਜਾਂਦੀ ਹੈ ਔਰ ਕਿਸਾਨ ਦੀ ਮਿਹਨਤ ਦੇ ਉੱਪਰ ਵੀ ਸਮਝ ਲਓ ਕੀ ਤੋ ਕਿਹਾ ਜਾਂਦਾ ਉਹ ਕਿਦਾਂ ਥੋੜਾ ਜਿਹਾ ਸਮਝਾਓ ਦਰਸ਼ਕਾਂ ਲਈ ਬੜੀ ਕੰਮ ਦੀ ਗੱਲ ਤੁਸੀਂ ਦੱਸ ਰਹੇ ਹੋ ਕਰਨਾ ਕੀ ਹੈ ਹਮ ਖੁੱਲੇ ਚ ਕਣਕ ਦੇ ਪਲੰਥਾਂ ਲਗਵਾ ਦਿਓ ਜੀ ਬਾਰਿਸ਼ ਪਈ ਜਾਵੇ ਖਰਾਬ ਹੋਈ ਜਾਵੇ ਧੁੱਪਾਂ ਲੱਗੀ ਜਾਣ ਬਾਰਿਸ਼ ਔਰ ਧੁੱਪ ਦੇ ਨਾਲ ਹੂੰ ਉਹ ਪੁੰਗਰ ਨਹੀਂ ਸ਼ੁਰੂ ਹੋ ਜਾਂਦੀ ਹੈ ਉਹ ਚ ਕਾਲੀ ਪੈ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਹਾਂ ਜਦ ਕਿ ਸ਼ਰਾਬ ਬਣਾਉਣ ਦੀ ਫੈਕਟਰੀ ਲਈ ਉਹ ਇੱਕ ਬਹੁਤ ਮਫੀਦ ਰਾਮਰੀ ਦੇ ਲਈ ਪਰ ਸ਼ਰਮਾ ਜੀ ਸਰਕਾਰਾਂ ਕੋਲ ਇੰਨਾ ਫੰਡ ਨਹੀਂ ਹੈ ਕਿ ਸਾਰਾ ਜਿਹੜਾ ਅਨਾਜ ਖਰੀਦਿਆ ਜਾਂਦਾ ਉਹਦੇ ਵਾਸਤੇ ਪੱਕੀਆਂ ਛੱਡਾਂ ਬਣਾਵੇ ਤੇ ਉਹ ਗੱਲ ਨਹੀਂ ਹੈ ਤੇ ਉਹ ਤਰਪਾਲਾਂ ਨਾਲੇ ਸਾਰਨਾ ਨਾ ਜੀ ਗੱਲ ਇਹ ਹੈ ਹਾਂ ਜੇ ਅਸੀਂ ਅੱਜ ਤੱਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਹੂੰ ਪਹਿਲਾਂ ਸਾਡੀ ਪ੍ਰੋਬਲਮ ਕੀ ਸੀ ਕਿ ਸਾਡੇ ਕੋਲ ਅਨਾਜ ਨਹੀਂ ਸੀ ਅਸੀਂ ਅਮਰੀਕਾ ਦਾ ਭੇਜੀ ਹੋਈ ਲਾਲ ਰੰਗ ਦੀ ਕਣਕ ਖਾਂਦੇ ਸੀ ਹੂੰ ਠੀਕ ਹੈ ਨਾ ਜਿਹਦੀ ਰੋਟੀ ਵੀ ਅਜੇ ਦੀ ਮੋਟੀ ਪੱਕਦੀ ਸੀ ਹੂੰ ਜੇ ਸਾਡੇ ਕਿਸਾਨ ਨੇ ਇਨੀ ਮਿਹਨਤ ਕਰਕੇ ਅੱਜ ਦੇਸ਼ ਦਾ ਖਜ਼ਾਨਾ ਇੰਨਾ ਭਰਤਾ ਹੈ ਹੂੰ ਕਿ ਸਾਨੂੰ ਬਾਹਰ ਕਿਸੇ ਕੋਲ ੱਤਕਣ ਦੀ ਲੋੜ ਨਹੀਂ ਜੀ ਤੇ ਜੇ ਅਸੀਂ ਉਹਨੂੰ ਸੰਭਾਲਦਾ ਵੀ ਅੱਜ ਤੱਕ ਵਿਵਸਥਾ ਨਹੀਂ ਕੀਤੀ ਤਾਂ ਇਸ ਤੋਂ ਵੱਡੀ ਲਾਹਤ ਵਾਲੀ ਹੋਰ ਕੀ ਗੱਲ ਹੋ ਸਕਦੀ ਹੈ ਪਰ ਇੱਕ ਚੀਜ਼ ਆ ਜਿਹੜੀ ਤੁਸੀਂ ਆਰਡੀਨੈਂਸ ਦੀ ਗੱਲ ਕਰਦੇ ਕਿਸਾਨ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ 1 ਲੱਖ ਕਰੋੜ ਰੁਪਏ ਦੀ ਆਪਾਂ ਗੱਲ ਕਰਾਂਗੇ ਜਿਹੜਾ ਇਸ ਕੰਮ ਲਈ ਤਿਆਰ ਜਾਵੇ ਕਿਤੇ ਇੰਡਸਟਰੀ ਲੱਗ ਸਕੇ ਉੱਥੇ ਸਟੋਰੇਜ ਬਣ ਸਕੇ ਤੇ ਤੁਹਾਨੂੰ ਨਹੀਂ ਲੱਗਦਾ ਕਿਤੇ ਜਿਹੜੇ FCI ਵਾਲਾ ਜਿਹੜਾ ਇਹ ਝੂਲਾ ਹੈ ਜਿਹੜਾ ਲੁੱਟ ਦਾ ਜਿਹੜਾ ਸਾਧਨ ਹੈ ਆ ਤੇ ਉਹ ਲੁੱਟ ਬੰਦ ਹੋ ਸਕਦੀ ਹੈ ਜੇ ਕਿਸਾਨ ਜਿਹੜਾ ਉਹ ਆਪਣੀ ਸਟੋਰੇਜ ਆਪ ਕਰਦਾ ਤੇ ਉਹਨੂੰ ਜਿਹੜੀ ਉਹਦੀ ਕੀਮਤ ਹੈ ਮਾਰਕੀਟ 'ਚ ਉਹ ਵੀ ਉਹਨੂੰ ਪੂਰੀ ਮਿਲਣੀ ਸ਼ੁਰੂ ਹੋ ਜਾਵੇ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕੁਝ ਬਿਲਕੁਲ ਬਿਲਕੁਲ ਏਹੀ ਹੈ ਤੁਸੀਂ ਜੇ ਦਿੱਲੀ ਜਾਂਦੇ ਵੇਲੇ ਹਾਂਜੀ ਕਰਨਾਲ ਦੇ ਲਾਗੇ ਦੇਖੋਗੇ ਨਾ ਜੁਟੀ ਰੋਡ ਤੇ ਤੇ ਤੁਹਾਨੂੰ ਚੌਲਾਂ ਦੀਆਂ ਬੜੀਆਂ-ਬੜੀਆਂ ਵੱਡੀਆਂ ਮਿੱਲਾਂ ਲੱਗੀਆਂ ਨਜ਼ਰ ਆਉਣਗੀਆਂ ਜਿਨ੍ਹਾਂ ਦੇ ਵਿੱਚ ਬਹੁਤ ਸੁੰਦਰ-ਸੁੰਦਰ ਕਿਸਮ ਦੇ ਬੈਰਲ ਜਿਹੜੇ ਆ ਉਹ ਬਣੇ ਨਜ਼ਰ ਆਉਂਦੇ ਆ ਉਹ ਚੌਲ ਦਾ ਇੱਕ ਦਾਣਾ ਨਹੀਂ ਖਰਾਬ ਹੋਣ ਦਿੰਦੇ ਜੀ ਅੱਜ ਐਸੀ ਤਕਨੀਕ ਆ ਚੁੱਕੀ ਹੈ ਕਿ ਚੌਲ ਦਾ ਇੱਕ ਦਾਣਾ ਖਰਾਬ ਨਹੀਂ ਹੋ ਸਕਦਾ ਹੂੰ ਉਸੇ ਤਰ੍ਹਾਂ ਦੀ ਤਕਨੀਕ ਅਪਣਾ ਕੇ ਅਸੀਂ ਕਰਕ ਵੀ ਜਾ ਸਕਦੇ ਹਾਂ ਹਮ ਪਰ ਇੱਕ ਦਾ ਗੱਲ ਦੱਸੋ ਜਿਹੜੀ ਗੱਲ ਮੈਨੂੰ ਸਮਝ ਆ ਗਈ ਇਹ ਸਾਡੇ ਜਿਹੜੇ ਕਿਸਾਨਾਂ ਦੇ ਲੀਡਰ ਨੇ ਸਾਡੇ ਕਿਸਾਨ ਜਥੇਬੰਦੀਆਂ ਜਿਹੜੀਆਂ ਪਿਛਲੇ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਨੇ ਔਰ ਜਿਹੜੀਆਂ ਕੁਝ ਪਾਰਟੀਆਂ ਨੇ ਜਿਨ੍ਹਾਂ ਦੇ ਲੋਕ ਨੇ ਉਹਨਾਂ ਨੂੰ ਇਹ ਗੱਲ ਸਮਝ ਹੁਣ ਤੱਕ ਕਿਉਂ ਨਹੀਂ ਛੋਟੀ ਜਿਹੀ ਗੱਲ ਆ ਇਹ ਕਿਉਂ ਨਹੀਂ ਸਮਝ ਆਈ ਸਮਝ ਤਾਂ ਸਭ ਕੁਝ ਆਈ ਸਾਰੇ ਸਮਝਦੇ ਨੇ ਸਤਿ ਸ੍ਰੀ ਅਕਾਲ ਜੀ ਅੱਛਾ ਉਹਨਾਂ ਦੇ ਤੇ ਕਾਰੋਬਾਰੀ ਹਿੱਤ ਨਾਲ ਜੁੜੇ ਹੋਏ ਉਹ ਉਹਦਾ ਸਾਡੇ ਨਾਲੋਂ ਜ਼ਿਆਦਾ ਡੱਟ ਜਾਂਦੇ ਨੇ ਅੱਛਾ ਪਰ ਸਵਾਲ ਇਹ ਹੈ ਨਾ ਕਿ ਉਹਨਾਂ ਦੇ ਹਿੱਤ ਹਿੱਟ ਹੁੰਦੇ ਆ ਹੂੰ ਉਹਨਾਂ ਨੂੰ ਦਾਰੂ ਵਾਲੀ ਗੱਲ ਦਾ ਤੁਸੀਂ ਦੱਸ ਦਿੱਤੇ ਦਾਰੂ ਉਹ ਤੋਂ ਪਤਾ ਲੱਗਦਾ ਵੀ ਕਿਹਦੇ ਜਿਹੜੇ ਹਿੱਟ ਆ ਉਹ ਹਿੱਟ ਹੁੰਦੇ ਆ ਕਿਉਂਕਿ ਦਾਰੂ ਜਿਹੜੀ ਆ ਸਿਆਸਤਦਾਨ ਲੋਕਾਂ ਦੇ ਕਬਜ਼ੇ ਵਿੱਚ ਆ ਉਹਨਾਂ ਦੀਆਂ ਡਿਸਟਿਲਰੀਆਂ ਉਹਨਾਂ ਨੂੰ ਤਾਂ ਸਸਤਾ ਜਾਂ ਕੋਡੀਆਂ ਦੇ ਭਾਅ ਚੀਜ਼ਾਂ ਚਾਹੀਦੀਆਂ ਹੁੰਦੀਆਂ ਜਾਂ ਹੋ ਸਕਦਾ ਉਹਨਾਂ ਦੇ ਮੁਫਦੇ ਹੋ ਜੀ ਛੋਟਣਾ ਵੀ ਸੀਗਾ ਜੀ ਅਸੀਂ ਛੁੱਟ ਦੁੱਤੀ ਆ ਤੇ ਛੋਟੋ ਥੇ ਦਿੱਤੀ ਜਾਵੇ ਤੇ ਉਹਨਾਂ ਦਾ ਤਾਂ ਫ੍ਰੀਜ ਸਰ ਗਿਆ ਉਹਨਾਂ ਨੇ ਚੀਜ਼ ਮਹਿੰਗੀ ਕਰਕੇ ਵੇਚ ਦਿੱਤੀ ਲੇਕਿਨ ਗੱਲ ਇਹ ਕਿ ਹੈ ਕਿ ਕੀ ਜਨਤਾ ਜਿਹੜੀ ਆ ਉਹ ਇਹਨਾਂ ਚੀਜ਼ਾਂ ਨੂੰ ਹੁੰਦਿਆਂ ਸਿਰਫ ਮੂਗ ਦਰਸ਼ਕ ਬਣੀ ਰਹਗੀ ਜਾਂ ਕੀ ਅਸੀਂ ਕੀ ਗੱਲ ਸਾਨੂੰ ਸਮਝ ਕਿਉਂ ਨਹੀਂ ਆਉਂਦੀ ਸੀ ਜਿਹੜਾ ਕੰਮ ਕਰਦੇ ਆ ਅਸੀਂ ਸਮਝਣਾ ਕਿਉਂ ਨਹੀਂ ਚਾਹੁੰਦੇ ਜਨਤਾ ਨੂੰ ਅਜੇ ਤੱਕ ਅਵੇਅਰ ਨਹੀਂ ਕੀਤਾ ਗਿਆ ਨਾ ਜਨਤਾ ਨੂੰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਦਾ ਜਿਹੜਾ ਮਾਲ ਹੈ ਜਿਹਨੂੰ ਉਹ ਸੱਤਾਂ ਜਾਂਦੇ ਮੰਡੀ ਚ ਜੀ 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 ਉਹ ਅਸਲ ਸੱਤਾਂ ਵਾਲੀ ਚੀਜ਼ ਨਹੀਂ ਹੈ ਬੜੀ ਸੋਨੇ ਵਰਗੀ ਚੀਜ਼ ਆ ਔਰ ਉਦੋਂ ਕਮਾਈਆਂ ਕਰਕੇ ਕਈ ਟੱਬਰ ਕਈ ਵੱਡੇ ਵੱਡੇ ਘਰਾਨੇ ਚੱਲਦੇ ਆ ਹਾਂ ਸੋਨੇ ਤਾਂ ਯਾਦ ਆਇਆ ਜੀ ਅਕਸਰ ਅਸੀਂ ਜਦੋਂ ਗੱਲ ਕਰਦੇ ਆ ਅਸੀਂ ਕਹਿੰਨੇ ਸੋਨੇ ਰੰਗੀਆਂ ਸਾਡੀਆਂ ਫਸਲਾਂ ਖੇਤਾਂ ਚ ਲਹਿਰ ਆ ਰਹੀਆਂ ਹੁੰਦੀਆਂ ਨੇ ਜਦੋਂ ਪੱਕੀਆਂ ਹੁੰਦੀਆਂ ਵਿਸਾਖੀ ਦੀਆਂ ਉਹ ਮੈਨੂੰ ਲੱਗਦਾ ਸੋਨੇ ਰੰਗੀ ਜਾਂ ਸੋਨੇ ਦੀ ਕੀਮਤ ਵਾਲੀ ਫਸਲ ਉਦੋਂ ਤੱਕ ਇਹ ਜਦ ਤੱਕ ਖੇਤ ਦੇ ਵਿੱਚ ਹੈ ਉਸ ਤੋਂ ਬਾਅਦ ਤਾਂ ਫਿਰ ਉਹਨੂੰ ਸੁੱਟਣ ਵਾਲੇ ਹਾਲਾਤ ਜਿਹੜੇ ਆ ਉਹ ਬਣਦੇ ਜਾਂਦੇ ਮੰਡੀ ਕਰ ਇੱਕ ਜਗ੍ਹਾ ਤੇ ਸੁੱਟੀ ਜਾਂਦੀ ਹੈ ਜੀ ਉਹ ਜਦੋਂ ਕਿਸ ਉਸ ਤੋਂ ਬਾਅਦ ਉਹਦੀ ਬਹੁਤ ਬਹੁਤ ਜ਼ਿਆਦਾ ਸੇਵਾ ਹੁੰਦੀ ਹੈ। ਉਹ ਫਿਰ ਸੋਨਾ ਬਣ ਜਾਂਦਾ। ਉਹ ਫਿਰ ਸੋਨਾ ਬਣਦਾ ਕਿਉਂਕਿ 1 ਕਿਲੋ ਦੇ ਪਿੱਛੇ ਜੇ 14 ਰੁਪਏ ਦਾ ਪ੍ਰੋਫਿਟ ਆਣਾ ਹੈ। ਹੂੰ। ਤੇ ਉਹਨੇ ਤਾਂ ਸੋਨਾ ਹੀ ਕਈ ਕਈ ਸੋਨੇ ਖੜੇ ਕਰਦੇ ਨੇ। ਪਰ ਇਸ ਕਿਸਾਨ ਦਾ ਜਿਹੜਾ ਸੋਨਾ ਸੋਨੇ ਦਾ ਬਾ ਕਿਉਂ ਨਹੀਂ ਵਿਕਦਾ? ਕਿਉਂਕਿ ਕਿਸਾਨ ਇਹਨੂੰ ਜਾਂਦੇ ਨਹੀਂ ਆ ਕਿ ਉਹਦੀ ਚੀਜ਼ ਸੋਨਾ ਬਣ ਸਕਦੀ ਉਹਨੂੰ ਤਾਂ ਇਹ ਲੱਗਦਾ ਕਿ ਸਰਕਾਰਾਂ ਨੇ ਸਮਰਥਨ ਮੁੱਲ ਦੇ ਕੇ ਹੂੰ ਸਾਡਾ ਬਹੁਤ ਵੱਡਾ ਉਪਕਾਰ ਕੀਤਾ। ਹੂੰ ਹੂੰ ਹੂੰ। ਔਰ ਤੱਕ ਤਾਂ ਕਿ ਸਾਡੀ ਫਸਲ ਰੁਲਦੀ ਨਹੀਂ। ਇਹ ਬਹੁਤ ਵੱਡੀ ਗਲਫਹਿਮੀ ਹੈ ਅੱਜ ਕਿਸੇ ਕਾਰਖਾਨੇਦਾਰ ਨੂੰ ਕਹਿ ਦਿਓ ਕਿ ਸਰਕਾਰ ਤੁਹਾਡੇ ਪ੍ਰੋਡਕਟ ਦਾ ਮਿਨੀਮਮ ਸਪੋਰਟ ਪ੍ਰਾਈਸ ਦੇਣ ਨੂੰ ਤਿਆਰ ਹੈ ਉਹ ਕਹਿੰਦਾ ਖੜਾ ਹੋ ਤੇ ਦੱਸਾਂ ਤੈਨੂੰ ਉਹ ਕਹਿੰਦਾ ਸਰਕਾਰ ਕੌਣ ਹੁੰਦੀ ਮੇਰੀ ਚੀਜ਼ ਦਾ ਮੁੱਲ ਪਾਣ ਵਾਲੀ ਮੈਂ ਵੇਚ ਲਵਾਂ ਆਪੇ ਵਿੱਚ ਦਮ ਹੋਏਗਾ ਤਾਂ ਮੇਰੀ ਵਿਕਦੀ ਵੀ ਹੈ ਬਸ ਕਿਸਾਨ ਦੀ ਵਿੱਚ ਨਾ ਇੱਕ ਸਟੈਪ ਜੀ ਇੱਕ ਸਟੈਪ ਦੀ ਕਮੀ ਹੈ ਮਤਲਬ ਇੱਕ ਕਦਮ ਅੱਗੇ ਵਧਣਾ ਜੀ ਇੱਕ ਕਦਮ ਵਧਣਾ ਪਏ ਵਧਣਾ ਪਏਗਾ ਉਹਨੂੰ ਉਹਨੂੰ ਕਿਸੇ ਸਮਰਥਨ ਮੁੱਲ ਦੀ ਲੋੜ ਨਹੀਂ ਹੈ ਹੂੰ ਅਗਰ ਕਿਸਾਨ ਆਜਾ ਆਟਾ ਚੱਕੀ ਆਪ ਲਗਾ ਲੇਗਾ ਤੇ ਉਹਨੂੰ ਸਮਰਥਨ ਮੁੱਲ ਕੀ ਕਰਨਾ ਉਹਦੇ ਆਪਣੇ ਘਰ ਹੀ ਪੀ ਕੇ ਵੇਚ ਦੇਣੀ ਹੈ ਵੇਚੇਗਾ ਉਹਦਾ 25 ਰੁਪਏ ਕਿਲੋ ਵਿੱਚ ਚਲਾ ਜਾਏਗਾ ਤੇ ਉਹਨਾਂ ਤਾਂ ਵੀ ਬਜਦੇ ਪੈਸੇ ਬਹੁਤ سارے ਹਮ ਨਾਲ ਉਹਦੀ ਚੀਜ਼ ਆਪਣੇ ਆਪ ਆਪ ਦੇ ਵਿੱਚ ਉਹਦੇ ਖੋਲ ਹੈ ਜੀ ਜੋ ਗੰਨਾ ਮਿਲ ਚ ਨਾ ਸੜ ਕੇ ਆਵੇ ਤੇ ਆਪਣਾ ਗੁੜ ਦੀ ਫੈਕਟਰੀ ਲਾ ਲਵੇ ਹਾਂ ਤੇ ਉਹ ਬਹੁਤ ਸਾਰਾ ਉਤਪਾਦਨ ਕਰ ਸਕਦਾ ਹੈ ਪੈਸੇ ਕੈਸ਼ ਆਣਗੇ ਹਮ ਔਰ ਕਈ ਗੁਣਾ ਕੀਮਤੀ ਜਾਏਗਾ ਹਮ ਪਰ ਉਹਨੂੰ ਸਿਸਟਮ ਨੇ ਇੱਕ ਮਿਲਿਆ ਹੁਣ ਤੱਕ ਜਿਹੜੀ ਪ੍ਰੋਵੀਜ਼ਨ ਕੀਤੀ ਗਈ ਹੈ ਨਾ ਇਨਵਾਇਰਨਮੈਂਟ ਵਾਲੀ ਜੀ ਉਹਦੇ ਵਿੱਚ 1 ਲੱਖ ਕਰੋੜ ਰੁਪਏ ਦਾ ਲੋਨ ਦਾ ਪ੍ਰੋਵੀਜ਼ਨ ਕੀਤਾ ਗਿਆ ਹੈ ਅੱਛਾ ਔਰ ਉਹ 2 ਤੋਂ 3% ਦੇ ਹੈ ਹਮ ਅੱਛਾ ਬਹੁਤ ਸਸਤੀ ਦਰ ਤੇ 3% ਦਾ ਮੈਨੂੰ ਲੱਗਦਾ ਜਿਹੜਾ ਪੈਸਾ ਸਾਡਾ ਬੈਂਕ 'ਚ ਆਮ ਜਮਾ ਹੁੰਦਾ ਉਹਨੂੰ 3% ਬੈਂਕ ਦਿੰਦਾ ਵਿਆਜ 3% ਸਾਲਾਨਾ ਜਿਹੜਾ ਵੈ ਉਹ ਬੈਂਕ ਉਹਦੇ ਕੋਲ ਸਰਵਿਸ ਲਏਗਾ ਆਮ ਨਸਟਿਸ ਲੋਕਾਂ ਨੂੰ 16-17% ਤੱਕ ਇਸ ਸਾਲਾਨਾ ਲੈ ਜਾਂਦਾ ਹੈ ਜੀ ਜੀ لیکن جس طریقے کسانی ਨਾਲ ਜੁੜੀ इंडस्ट्री ਹੈ ਜਿਹੜੀ ਡਿਵੈਲਪ ਕਰਨੀ ਹੈ ਉਹ ਕਰਨੀ ਪੈਣੀ ਹੈ ਉਹ ਕਿਤੇ ਬਿਨਾ ਗੁਜ਼ਾਰਾ ਨਹੀਂ ਹੋਣਾ ਠੀਕ ਹੈ ਜੀ ਉਸ ਕਰਕੇ ਇਹ ਸਾਰਾ ਜਿਹੜਾ ਖੇਲ ਹੈ ਅਥਾ ਦੂਜਾ ਉਹ ਚ ਇਹ ਕਰ ਦਿੱਤਾ ਹੁਣ ਜਿਹਦਾ ਇਹਨਾਂ ਨੇ ਕਹਿਤਾ ਜੀ ਅਸੀਂ ਆਰਡੀਨੈਂਸ ਨੂੰ ਮੰਨਦੇ ਨਹੀਂ ਜਦਕਿ ਉਹ ਜਿਹੜਾ ਪ੍ਰੋਵੀਜ਼ਨ ਕੀਤਾ ਗਿਆ ਹੈ ਉਹ ਚ ਕਿਸੇ ਸਟੇਟ ਗਵਰਨਮੈਂਟ ਦੀ ਜ਼ਰੂਰਤ ਹੀ ਨਹੀਂ ਹੈ ਤੇ ਬੈਂਕ ਨੇ ਦੇਣਾ ਤੇ ਕਿਸਾਨ ਨੇ ਲੈਣਾ ਸੈਂਟਰ ਗਵਰਨਮੈਂਟ ਤੇ ਬੈਂਕ ਨੇ ਤੁਸੀਂ ਸਟੇਟ ਦਾ ਰੋਲ ਹੀ ਕੋਈ ਨਹੀਂ ਹੁਣ ਤੁਸੀਂ ਇਹ ਦੂਜੇ ਸਟੇਟ ਦਾ ਰੋਲ ਨਹੀਂ ਸਟੇਟ ਨੇ ਜਿਹੜਾ ਆਰਡੀਨੈਂਸ ਜਿਹੜਾ ਉਹ ਰੱਦ ਕੀਤਾ ਆ ਉਹਦਾ ਤੁਹਾਨੂੰ ਲੱਗਦਾ ਕਿ ਇੱਥੋਂ ਦੇ ਕਿਸਾਨਾਂ ਉਤੇ ਔਰ ਇਸ ਆਰਡੀਨੈਂਸ ਉਤੇ ਕਿੱਡਾ ਕ ਵੱਡਾ ਜਿਹੜਾ ਉਹ ਫਰਕ ਪੈਗਾ ਕਿਉਂਕਿ ਦੂਜੀ ਗੱਲ ਇਹ ਹੈ ਕਿ ਜਿਵੇਂ ਆਪਾਂ ਗੱਲ ਕਰਦੇ ਹੁਣ ਸਾਡੀ ਗੱਲਬਾਤ ਅਸੀਂ ਕਰ ਰਹੇ ਹਾਂ ਤੇ ਬਹੁਤ ਸਾਰੇ ਸਾਡੇ ਪੜ੍ਹੇ ਲਿਖੇ ਜਾਗਰੂਕ ਵੀਰ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਇਸ ਗੱਲ ਦਾ ਪਤਾ ਲੱਗੇਗਾ ਇਹੋ ਜੀ ਸਕੀਮ ਹੈਗੀ ਆ ਕੀ ਉਹ ਹੁਣ ਸਕੀਮ ਦਾ ਫਾਇਦਾ ਨਹੀਂ ਲੈ ਸਕਦੇ ਬੈਂਕਾਂ ਤੋਂ ਸਿੱਧਾ ਕਿਉਂ ਨਹੀਂ ਲੈ ਸਕਦੇ ਉਹ ਸਕੀਮ ਉਹਨਾਂ ਵਾਸਤੇ ਆ ਹੂੰ ਉਹਦੇ ਲਈ ਕਿਸੇ ਸਟੇਟ ਗਵਰਨਮੈਂਟ ਦੇ ਅਪਰੂਵਲ ਦੀ ਜਰੂਰਤ ਨਹੀਂ ਹੈ ਹੂੰ ਦੇਖੋ ਮੇਰੀ ਗੱਲ ਸੁਣੋ ਇਹ ਜੋ ਕੱਲ ਵਿਧਾਨ ਸਭਾ ਚ ਕੀਤਾ ਗਿਆ ਨਾ ਇਹ ਇੱਕ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਨਾਲ ਸਿਆਸੀ ਨਜ਼ਰੀਏ ਨਾਲ ਕੀਤਾ ਗਿਆ ਕੰਮ ਹੈ ਜਿਹਦੇ ਵਿੱਚ ਇਸ ਕਰਨ ਵਾਲਾ ਨੂੰ ਪਤਾ ਹੈ ਕਿ ਇਹ ਬਹੁਤ ਵੱਡਾ ਗੁਨਾਹ ਹੁੰਦਾ ਪਿਆ ਮੈਨੂੰ ਤੁਹਾਨੂੰ ਇਹ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਜਿਹੜੀ ਥੋੜੀ ਹਵਾ ਜਿਹੀ ਰਹਿੰਦੀ ਹੈ ਕਿ ਅਕਾਲੀ ਦਲ ਦੇ ਔਰ ਭਾਜਪੀ ਦੇ ਜਿਹੜੇ ਕਲਾਬ ਜਾਂ ਖਾਸ ਤੌਰ ਤੇ ਮੋਦੀ ਦੇ ਖਿਲਾਫ ਬਹੁਤ ਤਰ੍ਹਾਂ ਦਾ ਪ੍ਰਚਾਰ ਰਹਿੰਦਾ ਇਹ ਕਿਤੇ ਨਾ ਕਿਤੇ ਉਹਨੂੰ ਬਣਾਈ ਰੱਖਣ ਵਾਸਤੇ ਜਾਂ ਉਹਨੂੰ ਕੈਸ਼ ਕਰਨ ਵਾਸਤੇ ਕੁਝ ਉਪਰਾਲਾ ਦੇਖੋ ਇਹ ਤਾਂ ਕਿ ਇਹ ਕੰਮ ਜੇ ਹੋ ਜਾਂਦਾ ਜੀ ਤੇ ਇਹਦੇ ਨਾਲ ਕਈਆਂ ਦੇ ਹਿੱਤਾਂ ਨੂੰ ਬਹੁਤ ਫਰਕ ਪੈਂਦਾ ਹਮ ਸਮਝੋ ਜੀ ਕਈ ਵੱਡੇ ਕਾਰਖਾਨੇਦਾਰ ਹਮ ਪੋਲਿਟਿਸ਼ੀਅਨ ਹਮ ਵੱਡੇ ਕਿਸਾਨ ਹਮ ਜ਼ਗੀਰਦਾਰ ਬਿਲਕੁਲ ਪੋਲਿਟਿਸ਼ੀਅਨ ਪੋਲਿਟਿਸ਼ੀਅਨ ਸ਼ਰਾਬ ਦੇ کارਖਾਨੇ ਵਾਲੇ ਮਾਲਕ ਪੋਲਿਟਿਸ਼ੀਅਨ ਵੱਡੀਆਂ-ਵੱਡੀਆਂ ਆੜ ਤਾਂ ਹੂੰ ਪੋਲਿਟਿਸ਼ੀਅਨਾਂ ਦੀਆਂ ਪੋਲਿਟਿਸ਼ੀਅਨਸ ਦੀਆਂ ਜਦੋਂ ਇਹ ਨਵੀਂ ਵਿਵਸਥਾ ਆਣੀ ਹੈ ਹੂੰ ਉਹਦੇ ਵਿੱਚੋਂ ਅੜ ਦੀ ਸਾਫ ਹੋ ਜਾਣੀ ਹੈ ਐਫਸੀਆਈ ਸਾਫ ਹੋ ਜਾਣੀ ਹੈ ਹੂੰ ਪੰਸਪ ਵਰਗੀਆਂ ਚੀਜ਼ਾਂ ਸਾਫ ਹੋ ਜਾਣੀਆਂ ਹੂੰ ਸਿਆਸਤਦਾਨਾਂ ਦੇ ਕੋਲ ਉਹ ਥਾਵਾਂ ਨਹੀਂ ਬਚਣੀਆਂ ਜਿਨ੍ਹਾਂ ਥਾਵਾਂ ਤੋਂ ਉਹ ਆਪਣਾ ਹਲਵਾ ਮੋੜਾ ਚਲਾਉਂਦੇ ਸਨ ਉਹ ਫਿਰ ਇਹ ਹੈ ਵੀ ਕੁੰਡੀ ਤਾਂ ਫਿਰ ਇੱਥੇ ਹੈ ਨਾ ਜੀ ਜੀ ਕੁੰਡੀ ਇਥੇ ਹੈ। ਹੋਰ ਇੱਕ ਗੱਲ ਹੋਰ ਵੀ ਸੰਸਦ ਤੋਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿਉਂਕਿ ਪੰਜਾਬ ਸਿਰਫ ਦੇਸ਼ ਦਾ 2% ਹਿੱਸਾ ਹੈ। ਜੀ। ਪਰ ਅਨਾਜ ਦੀ ਖਪਤ ਦੇ ਵਿੱਚ ਇਹ ਦੇਸ਼ ਦਾ 60 ਤੋਂ 70% ਇਹਦਾ ਭੰਡਾਰ ਦੇ ਵਿੱਚ ਯੋਗਦਾਨ ਦਿੰਦਾ ਹੈ। ਜੀ। ਇਸ ਕਰਕੇ ਅਗਰ ਪੰਜਾਬ ਦੇ ਵਿੱਚ ਇਹ ਚੀਜ਼ ਲਾਗੂ ਨਹੀਂ ਹੁੰਦੀ ਹਮ ਤਾਂ ਕੱਲ ਨੂੰ ਪੰਜਾਬ ਦਾ ਕਿਸਾਨ ਅੱਖਾਂ ਚੋਂ ਕੁਸੂਰ ਦੇ ਦੇ ਕੇ ਹੋਏਗਾ। ਹਮ ਕਿ ਇਹ ਸਰਦਨਾ ਹੋ ਗਈ ਹੈ। ਕਿਉਂਕਿ ਸਭ ਤੋਂ ਜਿਆਦਾ ਵੱਡਾ ਪ੍ਰਭਾਵ ਪੰਜਾਬ ਨੂੰ ਪੈਣਾ ਹੈ। ਹਮ ਸਭ ਤੋਂ ਜਿਆਦਾ ਨੁਕਸਾਨ ਪੰਜਾਬ ਦਾ ਹੋਣਾ ਹੈ ਕਿਉਂਕਿ ਕਿਸਾਨ ਸਭ ਤੋਂ ਜਿਆਦਾ ਪੰਜਾਬ ਦੇ ਵਿੱਚ ਹੈ। ਕਿਤੇ ਨਾ ਕਿਤੇ ਲੱਗਦਾ ਕਿ ਅਗਰ ਇਹੋ ਜਿਹਾ ਸੀ ਸਿਆਸੀ ਤੌਰ ਤੇ ਕੋਈ ਫੈਸਲੇ ਕਰਦੇ ਆਂ ਔਰ ਕੁਛ ਕਿਸਾਨ ਵਰਗੇ ਨੂੰ ਇਹ ਲੱਗਦਾ ਕਿ ਇਹ ਕੋਈ ਫਾਇਦੇਮੰਦ ਸੌਦਾ ਨਹੀਂ ਹੈ ਜਿਹੜਾ ਫਾਇਦੇ ਵਾਲੀ ਕੋਈ ਚੀਜ਼ ਨਹੀਂ ਹੈ ਉਹ ਨਾ ਤਾਂ ਬੈਂਕਾਂ ਕੋ ਜਾਂਦਾ ਨਾ ਹੀ ਉਹ ਲੋਨ ਲੈ ਕੇ ਇੰਡਸਟਰੀ ਲਗਾਉਂਦਾ ਨਾ ਹੀ ਉਹ ਇਸ ਖੇਤਰ ਚ ਜਾਂਦਾ ਕੋਈ ਬੈਨੀਫਿਟ ਨਹੀਂ ਲੈ ਪਾਉਂਦਾ ਤੇ ਕਿਤੇ ਨਾ ਕਿਤੇ ਲੱਗਦਾ ਕਿ ਇਹ ਪੂਰਾ ਜਿਹੜਾ ਪੰਜਾਬ ਦਾ ਜਿਹੜਾ ਕਿਸਾਨ ਹੈ ਇਹ ਉਹਦਾ ਹੀ ਜਿਹੜਾ ਨੁਕਸਾਨ ਹੋਣ ਜਾ ਰਿਹਾ ਇਹ ਵਾਲਾ 1 ਲੱਖ ਕਰੋੜਾਂ ਦੀ ਆਪਾਂ ਗੱਲ ਕਰਦੇ ਆਂ ਇਹਦਾ ਮਤਲਬ ਉਹਦੇ ਵਿੱਚੋਂ ਬਹੁਤ ਵੱਡਾ ਜਿਹੜਾ ਹਿੱਸਾ ਲੈਣ ਤੋਂ ਵਾਂਝਾ ਰਹਿ ਜਾਏਗਾ ਬਿਲਕੁਲ ਬਿਲਕੁਲ ਪੰਜਾਬ ਦਾ ਵੇਅਰ ਜ਼ਿਆਦਾ ਬਣਨਾ ਹੈ ਕਿਉਂਕਿ ਇੱਥੇ ਐਗਰੀਕਲਚਰ ਦਾ ਸਾਰਾ ਸੈਟਅਪ ਹੈ ਵੱਡਾ ਸੈਟਅਪ ਐਗਰੀਕਲਚਰ ਹੀ ਹੈ ਔਰ ਅਗਰ ਇੱਥੇ ਦਾ ਕਿਸਾਨ ਆਪ ਕਾਰਖਾਨੇਦਾਰ ਬਣ ਗਿਆ ਤਾਂ ਫਿਰ ਉਹਨਾਂ ਦੇ ਕਾਰਖਾਨੇ ਕਿੱਥੋਂ ਚੱਲਣਗੇ ਜਿਹੜੇ ਉਹਨਾਂ ਦੇ ਕੋਲੋਂ ਮਾਲ ਚੱਕਦੇ ਆ ਇੱਕ ਦਿਨ ਚ ਪ੍ਰੋਸੈਸ ਕਰਕੇ ਉਹ 6 ਮਹੀਨੇ ਦੀ ਮਿਹਨਤ ਤੋਂ ਬਾਅਦ ਟੋਟਲ 16 ਰੁਪਏ ਮਿਲਦਾ ਹੈ ਜਿੱਥੇ ਸਾਰਾ ਉਹਦਾ ਖਰਚਾ ਇਨਵੋਲਵ ਹੈ ਜੀ ਜੀ ਔਰ ਇਸ 16 ਦੀ ਜੀ ਚੱਕ ਕੇ ਤਿੰਨ ਦਿਨਾਂ ਦੇ ਵਿੱਚ 30 ਰੁਪਏ ਨੂੰ ਕਨਵਰਟ ਕਰ ਲੈਂਦੇ ਨੇ ਹਮ ਉਹਨਾਂ ਉਹਨਾਂ ਨੂੰ ਲਾਭ ਹੈ ਜੀ ਸ਼ਰਮਾ ਜੀ ਤੁਸੀਂ ਗੱਲ ਕੀਤੇ ਆ ਇੰਡਸਟਰੀ ਦੀ ਜੀ ਖੇਤੀ ਵੀ ਬੜਾ ਵੱਡਾ ਉਦਯੋਗ ਹੈ ਬਿਜਲੀ ਦੀ ਗੱਲ ਆਈ ਹੈ ਕਿ ਬਿਜਲੀ ਜਿਹੜੀ ਆ ਉਦਯੋਗ ਵਾਸਤੇ ਵੀ ਜ਼ਰੂਰੀ ਹੈ ਉਦਯੋਗ ਵੀ ਉੱਥੇ ਜਾਂਦਾ ਜਿੱਥੇ ਬਿਜਲੀ ਸਸਤੀ ਹੋਵੇ ਤੇ ਨਾਲ ਦੀ ਨਾਲ ਕਿਸਾਨੀ ਵੀ ਉੱਥੇ ਦੀ ਪਰਫਲਤ ਹੁੰਦੀ ਹੈ ਜਿੱਥੇ ਉਹਨੂੰ ਬਿਜਲੀ ਜਿਹੜੀ ਆ ਸਹੀ ਰੇਟ ਤੇ ਹੋਵੇ ਜਿਹੜਾ ਆਮ ਵਿਅਕਤੀ ਆ ਉਹਨੂੰ ਵੀ ਬਿਜਲੀ ਜਿਹੜੀ ਆ ਸਹੀ ਭਾਅ ਤੇ ਚਾਹੀਦੀ ਹੁੰਦੀ ਹੈ ਕਿਉਂਕਿ ਸਾਡੇ ਵਰਗਾ ਜਿਹੜਾ ਬੰਦਾ ਘੱਟ ਕਮਾਉਂਦੇ ਨੇ ਜਾਂ ਮਿਹਨਤ ਕਾਸ਼ ਲੋਕ ਨੇ ਜਿਹੜਾ ਜਿਨ੍ਹਾਂ ਦੀ ਇੱਕ ਲਿਮਟਿਡ ਆਮਦਨ ਆ ਉਹ ਬਹੁਤੇ ਤੇ ਬਿਜਲੀ ਬਿੱਲਾਂ ਦੀ ਆਪਾਂ ਗੱਲ ਕਰਾਂਗੇ ਤੇ ਜਿਵੇਂ ਅਸੀਂ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਹੁਣ ਤਾਂ ਸਾਡੇ ਬਲਬ ਵੀ LED ਆ ਗਏ LCD ਤੋਂ LED ਆ ਗਏ ਫਿਰ ਵੀ ਜਿਹੜੇ ਸਾਡੇ ਬਿੱਲ ਨੇ ਘਰਾਂ ਦੇ ਉਹ ਘਟਣ ਦੀ ਥਾਂ ਤੇ ਵਧੇ ਹੀ ਨੇ ਅਸੀਂ ਬਲਬ ਵੀ ਮਹਿੰਗੇ ਖਰੀਦੇ ਸਭ ਕੁਝ ਕੀਤਾ ਇਸ ਤੋਂ ਪਤਾ ਲੱਗਦਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ ਤੇ ਸਾਨੂੰ ਜਿਹੜੀ ਬਿਜਲੀ ਹੈ ਉਹ 8 ਤੋਂ 10 ਰੁਪਏ ਜੂਨਿਟ ਦੇ ਕਰੀਬ ਜਿਹੜੀ ਆ ਉਹ ਬੈਠਦੀ ਆ ਘਰ ਦੇ ਵਿੱਚ ਔਰ ਜਿਹੜੀ ਕਮਰਸ਼ੀਅਲ ਉਹ ਥੋੜੀ ਮਹਿੰਗੀ ਹੋएगी ਤੋਂ ਉਹ ਤੁਹਾਡੇ ਕੋਲ ਜਾਣਨਾ ਚਾਹਾਂਗੇ ਇਸ ਤਰ੍ਹਾਂ ਦੀ ਵੀ ਕੋਈ ਗੱਲ ਜਿਹੜੀ ਆਈ ਹੈ ਬਿਜਲੀ ਦੇ ਰੇਟਾਂ ਦੇ ਉੱਤੇ ਵੀ ਜਿਹੜਾ ਪੰਜਾਬ ਸਰਕਾਰ ਨੇ ਹੱਥ ਪਿੱਛੇ ਚੁੱਕ ਲਿਆ ਕੇਂਦਰ ਸਰਕਾਰ ਨੇ ਜਿਹੜੀ ਬਿਜਲੀ ਦੀ ਨੀਤੀ ਨਵੀਂ ਬਣਾਈ ਹੈ ਉਹਦਾ ਵੀ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਕੱਲ ਅੱਛਾ ਜੀ ਔਰ ਉਹ ਪ੍ਰਸਤਾਵ ਰੱਦ ਕਰਕੇ ਮੈਂ ਸਮਝਦਾ ਕੈਪਟਨ ਸਾਹਿਬ ਨੇ ਆਪਣੀ ਭਰੋਸਾ ਜਿਹੜਾ ਸੀ ਲੋਕਾਂ ਦਾ ਉਹਨੂੰ ਖਤਮ ਕਰ ਪਰ ਇਹ ਗੱਲ ਜਿਹੜੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਭਰੋਸਾ ਲੋਕਾਂ ਦਾ ਠੀਕ ਹੈ ਸਹੀ ਗੱਲ ਹੈ ਕਿਉਂਕਿ ਬਿਜਲੀ ਹਰ ਕਦੀ ਜ਼ਰੂਰਤ ਹੈ ਔਰ ਕੋਈ ਵੀ ਬਿਜਲੀ ਤੋਂ ਬਗੈਰ ਕੋਈ ਵੀ ਆਪਾਂ ਜਿਹੜਾ ਕੰਮ ਸਮਝਦੇ ਆਪਾਂ ਸਫਲ ਨਹੀਂ ਮੇਰੀ ਗੱਲ ਸੁਣੋ ਤੁਸੀਂ ਇਹ ਗੱਲ ਨੂੰ ਸਮਝੋ ਹਮ ਕਿ ਦਿੱਲੀ ਚ ਬਿਜਲੀ 3 ਰੁਪਏ ਯੂਨਟ ਹੈ ਹਮ ਹਿਮਾਚਲ ਚ ਬਿਜਲੀ 3 ਸਵਾ 3 ਰੁਪਏ ਯੂਨਟ ਹੈ ਹਮ ਹਰਿਆਣਾ ਚ 4 ਜਾਂ 4.5 ਰੁਪਏ ਯੂਨਟ ਹੈ ਹਮ ਕਿ ਅਸੀਂ ਪੰਜਾਬ ਚ ਜੰਮਨ ਦਾ ਇਹ ਜੁਰਮਾਨਾ ਦੇ ਰਹੇ ਵੀ ਅਸੀਂ 10 ਰੁਪਏ ਯੂਨਟ ਬਿਜਲੀ ਲਈ ਪਰ ਸ਼ਰਮਾ ਜੀ ਦੂਜੀ ਗੱਲ ਪੈਟਰੋਲ ਵੀ ਮਹਿੰਗਾ ਹੈ ਇੱਥੇ ਦੂਜੀਆਂ ਸਟੇਟਾਂ ਨਾਲੋਂ ਤੇ ਜਿਵੇਂ ਬਿਜਲੀ ਮਹਿੰਗੀ ਲੈ ਲੈ ਫੇਰ ਕੀ ਹੋਇਆ ਆਪਾਂ ਕੈਪਟਨ ਸਾਹਿਬ ਦਾ ਰਾਜ਼ੀ ਕਰ ਲੈਣਾ ਅਸੀਂ ਬਾਦਲਾਂ ਨੂੰ ਤਾਂ ਸਭ ਸਖਾਤਾ ਹੋਇਆ ਉਹਦੇ ਚ ਉਹਦੇ ਚ ਨੁਕਸਾਨ ਕੀ ਹੈ ਹਾਂ ਇੱਕ ਇੰਡਸਟਰੀ ਜਿਹੜੀ ਹੈਵੀ ਇੰਡਸਟਰੀ ਲਗਣੀ ਹੈ ਹੂੰ ਉਹਨੂੰ ਪਤਾ ਕਿ ਮੇਰਾ ਬਿਜਲੀ ਦਾ ਅਗਰ 1 ਲੱਖ ਯੂਨਿਟ ਰੋਜ਼ ਦਾ ਬਿਲਣਾ ਹੂੰ 1 ਲੱਖ ਯੂਨਿਟ ਬਿਲਣਾ ਜਿਵੇਂ ਹਿਮਾਚਲ ਚਲਾਣਾ ਤੇ ਮੇਰਾ 3.5 ਲੱਖ ਰੁਪਏ ਬਿੱਲ ਆਏਗਾ ਹੂੰ ਜਿਵੇਂ ਪੰਜਾਬ ਚਲਾਣਾ ਮੇਰਾ 9 ਲੱਖ ਰੁਪਏ ਬਿੱਲ ਆਏਗਾ ਤੇ ਉਸ 6.5 ਲੱਖ ਰੁਪਏ ਇੱਕ ਦਿਨ ਦੀ ਬਿਜਲੀ ਵੇਂਗੀ ਜਿਵੇਂ ਮਿਲਦੀ ਹੈ ਤੇ ਮੈਂ ਕਿਉਂ ਨਾ ਕਰਾਂ ਕਿ ਫੈਕਟਰੀ ਚੱਕਾ ਤੇ ਹਿਮਾ ਕਟਕਟ ਮੈਨੂੰ ਬਿਜਲੀ ਦੇ ਮਾਮਲੇ ਚ ਤਰੀਕੀ ਤਰੀਕੀ ਮਿਲ ਜਾਏਗੀ ਪਰ ਆਪਾਂ ਹੁਣ ਪੰਜਾਬੇ ਕੀ ਕਰੀਏ ਸਾਨੂੰ 9-10 ਰੁਪਏ ਪੀਲੇ ਹੀ ਲੈਣੀ ਪੈ ਰਹੀ ਐ ਅਸੀਂ ਹੁਣ ਹਿਮਾਚਲ ਵਿੱਚ ਸ਼ਿਫਟ ਕਰੀਏ ਕਿ ਹਰਿਆਣੇ ਚ ਜਾਣਾ ਚਾਹੀਦਾ ਕੀ ਕਰੀਏ ਕਪਤਨ ਸਾਹਿਬ ਨੂੰ ਚਾਹੀਦਾ ਸੀ ਕਿ ਬਾਦਲਾਂ ਵੱਲੋਂ ਕੀਤੇ ਗਏ ਉਹ ਸਮਝੌਤੇ ਕੈਨਸਲ ਕਰ ਦੇ ਹੂੰ ਉਹ ਹਿੰਮਤ ਦਿਖਾਉਂਦੇ ਹੂੰ ਜਿਹੜੀ ਬਿਜਲੀ ਦੇ ਜਿਹੜੇ ਲਗਾਏ ਗਏ ਐ ਯੂਨਿਟਸ ਪੰਜਾਬ ਦੇ ਵਿੱਚ ਔਰ ਮਹਿੰਗੇ ਭਾਅ ਦੇ ਪਰਚੇਸ ਕਰਨ ਦੇ ਔਰ ਬਿਨਾ ਯੂਜ਼ ਕੀਤੇ ਵੀ ਉਹਦੀ ਪੇਮੈਂਟ ਕਰਨ ਦੇ ਜਿਹੜੇ ਐਗਰੀਮੈਂਟਸ ਨੇ ਉਹਨਾਂ ਨੂੰ ਕੈਨਸਲ ਕਰ ਦਿੱਤੇ ਮੈਂ ਮੰਨਦਾ ਕਿ ਇਹ ਪੰਜਾਬ ਦਾ ਹੇਤ ਸੋਚਦੇ ਆ ਇਹਨਾਂ ਨੇ ਤਾਂ ਇਸ ਚੀਜ਼ ਨੂੰ ਕੈਨਸਲ ਕਰਕੇ ਹੋਰ ਇੱਕ ਨਵਾਂ ਇੱਕ ਨਵੀਂ ਮੈਸੇਜ ਦਿੱਤਾ ਹੈ ਕਿ ਪੂਰੇ ਦੇਸ਼ ਦੇ ਵਿੱਚ ਇੱਕ ਬਿਜਲੀ ਦਾ ਰੇਟ ਹੋਏਗਾ ਪਰ ਪੰਜਾਬ ਵਿੱਚ ਅਸੀਂ ਨਹੀਂ ਦੱ ਕਰਾਂਗੇ ਕਿਉਂ ਜੀ ਵੋਟਰ ਦੇਣ ਵਾਲੇ ਜਿਹੜੇ ਹੈ ਉਹ ਉਹਨਾਂ ਦਾ ਇੱਕ ਸੂਰ ਹੈ ਕਿ ਉਹਨਾਂ ਨੇ ਚੁਣ ਲਿਆ ਇੱਕ ਸੂਰ ਹੋ ਸਕਦਾ ਨਾ ਜੇ ਦੇਸ਼ ਪੂਰੇ ਦੇ ਵਿੱਚ ਇਹ ਜੋ ਨੀਤੀ ਹੈ ਕੇਂਦਰ ਸਰਕਾਰ ਦੀ ਨੀਤੀ ਹੈ ਕਿ ਬਿਜਲੀ ਦੇ ਭਾਅ ਸਾਰਿਆਂ ਸਟੇਟਾਂ ਦੇ ਇੱਕੋ ਜਿਹੇ ਹੋਣਗੇ ਉੱਚ ਫਲਕਚੁਏਸ਼ਨ ਨਹੀਂ ਹੋਏਗੀ ਹੂੰ ਤੇ ਹੁਣ ਉਹਦਾ ਉਹਦਾ ਨੁਕਸਾਨ ਕਿਹਨੂੰ ਆ ਪੰਜਾਬ ਦੇ ਲੋਕਾਂ ਨੂੰ ਡੈਫੀਨਿਟਲੀ ਜਦੋਂ ਜੇ ਉਹ ਉਹ ਫਾਰਮੂਲਾ ਲਾਗੂ ਹੋ ਜਾਂਦਾ ਹੈ ਤੇ ਪੰਜਾਬ ਤਾਂ ਬੈਨੇਫਿਸ਼ੀਅਰੀ ਹੋਏਗਾ ਹੋਏਗਾ ਹੂੰ ਉਹ ਕਿਉਂ ਕਿਉਂਕਿ ਜਿਹੜੀ 4 ਵਾਲੀ ਬਿਜਲੀ ਅਗਰ 6 ਰੁਪਏ ਵੀ ਹੋ ਜਾਏ ਹੂੰ ਪੂਰੇ ਦੇਸ਼ ਦੇ ਵਿੱਚ ਜੀ ਜੀ ਤੇ ਸਾਡੀ ਤਾਂ 3 ਤੋਂ 4 ਰੁਪਏ ਯੂਨਿਟ ਕੱਢ ਗਿਆ ਨਾ ਹਾਂ ਅਸੀਂ ਤਾਂ ਬੈਨੇਫਿਸ਼ੀਅਰੀ ਹੋਵਾਂਗੇ ਜੀ 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 ਪਰ ਇਹ ਜੇ ਸਾਡੇ ਤੇ ਇਹ ਰੋਕ ਲਗਾ ਰਹੇ ਆ ਕਿ ਨਹੀਂ ਜੀ ਅਸੀਂ ਕੇਂਦਰ ਵੱਲੋਂ ਮਿਲਣ ਵਾਲੀ ਜਿਹੜੀ ਰਾਹਤ ਹੈ ਉਹ ਅਸੀਂ ਨਹੀਂ ਹੋਣ ਦੇਣੀ ਉਹਦੀ ਵਜ੍ਹਾ ਕੀ ਹੈ ਹੂੰ ਉਹਦੀ ਵਜ੍ਹਾ ਕਿ ਬਿਜਲੀ ਤੰਤਰ ਦੇ ਵਿੱਚ ਜਿੰਨੀਆਂ ਕਮਿਸ਼ਨਾਂ ਆਉਂਦੀਆਂ ਨੇ ਉਹ ਸਾਰੀਆਂ ਬੰਦ ਹੋ ਜਰੀਆਂ ਹੂੰ ਨੇ ਹੁਣ ਤਾਂ ਸ਼ਰਮਾ ਜੀ ਆਪਾਂ ਕਿਹੜੀ ਵੀ ਚੀਜ਼ ਐ ਐਸੀ ਨਹੀਂ ਐ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ 'ਚ ਸਸਤੀ ਐ ਚਾਹੇ ਬਿਜਲੀ ਦੀ ਆ ਚਾਹੇ ਪੈਟਰੋਲ ਦੀ ਆ ਚਾਹੇ ਸਾਰੀਆਂ ਚੀਜ਼ਾਂ ਦੀ ਚਾਹੇ ਸ਼ਰਾਬ ਦੀ ਵੀ ਗੱਲ ਆ ਜਿਹੜੀ ਆਮ ਲੋਕਾਂ ਦੀ ਖਪਤ ਬਹੁਤ ਜ਼ਿਆਦਾ ਹੈ। ਤੋਂ ਮੈਨੂੰ ਤੁਸੀਂ ਇਹ ਦੱਸੋ ਕਿ ਕੀ ਇਹ ਜਿਹੜੀਆਂ ਗੱਲਾਂ ਨੇ ਇਹ ਜਿਹੜੇ ਜੋ ਕੁਝ ਸਰਕਾਰ ਰਣਨੀਤੀਆਂ ਬਣਾ ਰਹੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀਆਂ ਚੀਜ਼ਾਂ ਇਹ ਕਦੋਂ ਕੁ ਸਮਝਾਣੀ ਸ਼ੁਰੂ ਕਰੇ ਇਹ ਪੰਜਾਬ ਦੇ ਲੋਕਾਂ ਨੂੰ ਪੰਜਾਬ 'ਚ ਜੰਮਣ ਦੀ ਤੇ ਪੰਜਾਬ 'ਚ ਰਹਿੰਦੇ ਸਜ਼ਾ ਦਿੱਤੀ ਜਾ ਰਹੀ ਹੈ। ਤੇ ਸਜ਼ਾ ਦਿੱਤੀ ਜਾ ਰਹੀ ਆਪਣੇ ਸਿੰਘਾਂ ਵੱਲੋਂ ਸਰਦਾਰ ਜੀ ਸਾਡੇ ਮੁੱਖ ਮੰਤਰੀ ਸਰਦਾਰ ਜਾਂ Hindu ਦਾ ਕੋਈ ਮਤਲਬ ਨਹੀਂ ਇੱਥੇ ਇਹ ਵਰਗਾਂ ਦੀ ਗੱਲ ਹੁੰਦੀ ਹੈ ਉਹ ਸ਼ਾਸਕ ਵਰਗ ਹੈ ਹੂੰ ਉਹਦੀ ਥਾਂ ਤੇ ਕੋਈ ਹੋਰ ਵੀ ਬੈਠਾ ਹੋਏਗਾ ਹੂੰ ਅਗਰ ਉਹ ਅਗਰ ਉਹ ਐਸੀ ਸੋਚਦਾ ਮਾਲਕ ਹੈ ਤੇ ਉਹ ਇਦਾਂ ਨਹੀਂ ਫੈਸਲਾ ਕਰੇਗਾ ਹੂੰ ਤੇ ਜੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਨਿਕਲਿਆ ਆਵੇ ਆਮ ਸੁਧਾਰਨ ਲੋਕਾਂ ਦੇ ਵਿੱਚੋਂ ਨਿਕਲਿਆ ਹੋਵੇ ਜਿਹੜਾ ਕਿ ਇਹ ਤਹਈਆ ਲੈ ਕੇ ਚੱਲੇ ਕਿ ਮੈਂ ਜਿਵੇਂ ਇੱਕ ਸੁਧਾਰਨ ਵਿਅਕਤੀ ਆ ਉਹ ਖੁਸ਼ ਰਹਿ ਸਕੇ ਉਹ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਸਕੇ ਮੈਂ ਇਸ ਤਰ੍ਹਾਂ ਦੇ ਪ੍ਰਬੰਧ ਕਰਕੇ ਦੇਣੇ ਨੇ ਉਹਨੂੰ ਅਰਵਿੰਦ ਕੇਜਰੀਵਾਲ ਦੀ ਜਾ ਕੇ ਸ਼ਗਿਰਦੀ ਕਰ ਲੈਣੀ ਚਾਹੀਦੀ ਆ ਅਗਰ ਕੋਈ ਐਦਾਂ ਦੀ ਸੋਚ ਰੱਖਦਾ ਇਨਸਾਨ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਰਗੇ ਸਟੇਟ ਚ ਪ੍ਰੂਫ ਕਰਕੇ ਦਿਖਾਇਆ ਜਿੱਥੇ ਕੋਈ ਤਾਕਤ ਨਹੀਂ ਆ ਜਿੱਥੇ ਉਹਦੇ ਕਹਿੰਦੇ ਕਿ ਪੁਲਿਸ ਦਾ ਸਪਾਈ ਨਹੀਂ ਬਦਲਿਆ ਜਾ ਸਕਦਾ ਪਰ ਉਸ ਬੰਦੇ ਨੇ ਸਿਸਟਮ ਬਦਲ ਕੇ ਦਿਖਾ ਦਿੱਤਾ ਉਹਨੇ ਉੱਥੇ ਤਾਂ ਦੀ ਸਿੱਖਿਆ ਦਾ ਐਸਾ ਨਜ਼ਾਰਾ ਲਿਆਂਦਾ ਕਿ ਲੋਕੀ ਪ੍ਰਾਈਵੇਟ ਨੂੰ ਛੱਡ ਕੇ ਸਰਕਾਰੀ ਸਕੂਲ ਦੇ ਵਿੱਚ ਸਿੱਖਿਆ ਆਪਣੇ ਬੱਚਿਆਂ ਨੂੰ ਦੁਆਰਾ ਪਸੰਦ ਕਰਦੇ ਆ। ਉੱਥੇ ਮੈਡੀਕਲ ਦੀ ਫੈਸਿਲਿਟੀ ਇੰਨੀ ਜ਼ਿਆਦਾ ਵਧੀਆ ਕਰਤੀ ਗਈ ਹੈ ਕਿ ਰਾਹ ਜਾਂਦੇ ਦਾ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਉਹ ਅਪੋਲੋ ਵਿੱਚ ਵੀ ਜਾਵੇਗਾ। ਉਹ ਵੱਡੇ ਦਾ ਵੱਡੇ ਹਸਪੀਟਲ ਚ ਲੈ ਕੇ ਜਾਇਆ ਗਿਆ। ਉਹਦਾ ਮੁੱਢਲਾ ਇਲਾਜ ਹੋਏਗਾ ਔਰ ਉਹਨੂੰ ਇੱਕ ਪੈਸਾ ਨਹੀਂ ਦੇਣਾ ਪਏਗਾ। ਸਰਕਾਰ ਸਾਰਾ ਵੈਨ ਕਰੇਗੀ। ਨਹੀਂ ਤੁਹਾਨੂੰ ਹੁਣ ਕੀ ਲੱਗਦਾ ਬਈ ਪੰਜਾਬ ਨੂੰ ਕੇਜਰੀਵਾਲ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਅਗਲੀਆਂ ਵੋਟਾਂ ਤੱਕ ਜਾਂ ਕੋ ਹੁਣ ਜਿਹੜੀਆਂ ਗਲਤ ਫੈਸਲੇ ਲੈ ਨੇ ਇਹਦੇ ਲਈ ਕੁਝ ਕਿਸ ਤਰ੍ਹਾਂ ਸਰਕਾਰ ਦੇ ਖਿਲਾਫ ਕੀਤਾ ਜਾ। ਅਸੀਂ ਇੱਥੇ ਕਿਸੇ ਦਾ ਚੰਦਾ ਪ੍ਰਧਾਨ ਹੋਣ ਵਾਸਤੇ ਨਹੀਂ ਬੈਠੇ ਹਾਂ ਨਾ ਅਸੀਂ ਕਿਸੇ ਦੀ ਕੈਂਪੇਨ ਕਰ ਰਹੇ ਹਾਂ ਤੱਥਾਂ ਦੀ ਗੱਲ ਹੈ ਤਖ ਇਹ ਕਹਿੰਦੇ ਆ ਕਿ ਅਗਰ ਸਰਕਾਰ ਦੀ ਸੋਚ ਇਮਾਨਦਾਰ ਹੋਵੇ ਤੇ ਦਿੱਲੀ ਵਰਗੇ ਪ੍ਰਦੇਸ਼ ਜਿਹੜੇ ਅੱਜ ਇੱਕ ਮਾਤਰ ਪ੍ਰਦੇਸ਼ ਹੈ ਦੇਸ਼ ਦਾ ਜਿਹੜਾ ਪ੍ਰੋਫਿਟ ਤੇ ਜਾ ਰਿਹਾ ਹੈ ਜਿਹੜੀਆਂ ਅੰਨੀਆਂ ਫੈਸਿਲਿਟੀਆਂ ਦੇਣ ਦੇ ਬਾਵਜੂਦ ਲੇਡੀਜ਼ ਰੋਡ ਤੇ ਬੱਸਾਂ ਸਫ਼ਰ ਮੁਫਤ ਹੈ ਮੈਟਰੋ ਸਫ਼ਰ ਮੁਫਤ ਹੈ ਬਹੁਤ ਕੁਝ ਉਹਨਾਂ ਨੇ ਕੀਤਾ ਵਾ ਸਰਕਾਰ ਨੇ ਲੋਕਾਂ ਲਈ ਔਰ ਇਹਦੇ باوجود ਉਹਨਾਂ ਪ੍ਰਾਫਿਟ 'ਚ ਰਹੇ ਉਹਨਾਂ ਦੇ ਖਰਚੇ ਜਿਹੜੇ ਹਨ ਉਹ ਖਰਚੇ ਕਰਤੇ ਤੇ ਆਮਦਨ ਜ਼ਿਆਦਾ ਇਹਦਾ ਮਤਲਬ ਕਿ ਉਹਨਾਂ ਨੇ ਕੁਝ ਐਸਾ ਤਾਂ ਨਹੀਂ ਕੀਤਾ ਬਾਹਰੋਂ ਪੈਸਾ ਕਿਤੇ ਤਾਂ ਲੈ ਕੇ ਨਹੀਂ ਆਇਆ ਉਸੇ ਵਿਵਸਥਾ 'ਚ ਕੰਮ ਕੀਤਾ ਉਸੇ ਤਰੀਕੇ ਨਾਲ ਕੰਮ ਕੀਤਾ ਪਰ ਕੰਮ 'ਚ ਇਮਾਨਦਾਰੀ ਹੋਈ ਐ ਸਰ ਇੱਥੇ ਠੱਗੀ ਬੇਈਮਾਨੀ ਭ੍ਰਸ਼ਟਾਚਾਰ ਆਪਣਾ ਹਿੱਤ ਦੇਖਣਾ ਔਰ ਕਿਸੇ ਖਾਸ ਵਰਗ ਨੂੰ ਪ੍ਰੋਫਰ ਦੇਣ ਦੇ ਵਾਸਤੇ ਜਨਤਾ ਨੂੰ ਫਾਹਿਰਾਂ ਦੀ ਇੱਕ ਤੱਕ ਯੋਜਨਾ ਜਿਹੜੀ ਪੰਜਾਬ ਬਣਦੀ ਹੈ। ਸ਼ਰਮਾ ਜੀ ਹਰ ਚੀਜ਼ ਦਾ ਕਹਿੰਦੇ ਜੀ ਅੰਤ ਹੁੰਦਾ ਇੱਕ ਅਖੀਰ ਹੁੰਦੀ ਹੈ। ਇਹ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਗੱਲ ਘੁੱਟਿਆ ਜਾ ਰਿਹਾ ਲਗਾਤਾਰ ਪੰਜਾਬ ਦੀ ਜਨਤਾ ਦਾ ਇਹ ਕਦੇ ਨਾ ਕਦੇ ਇੱਕ ਸਮਾਂ ਆਏਗਾ ਜਿੱਥੋਂ ਬੰਦਾ ਇਹ ਜਨਤਾ ਜਿਹੜੀ ਛੱਟ ਪਟਾ ਕੇ ਜਿਹੜੀ ਉਹ ਨਿਜ਼ਾਮ ਨੂੰ ਬਦਲਣ ਵਾਸਤੇ ਜਿਹੜੀ ਦੇਖੋ ਜੀ ਇਹ ਜਨਤਾ ਜਾਣੇ ਤੇ ਸਰਕਾਰ ਜਾਣੇ। ਜੀ ਅਸੀਂ ਤਾਂ ਇਹ ਜਾਣਦੇ ਹਾਂ ਕਿ ਜੇ ਨਹੀਂ ਜਾਗਾਂਗੇ ਤੇ ਮਾਰੇ ਜਾਵਾਂਗੇ ਗੱਲ ਸਿੱਧੀ ਹੈ। ਜਗਣਾ ਤੇ ਮੈਂ ਇਕੱਲੇ ਨਹੀਂ ਆ ਨਾ ਜਗਣਾ ਤੇ ਸਭ ਨੂੰ ਪਹੇਗਾ ਅੱਜ ਕਿਸਾਨ ਦੀ ਐਡੀ ਵੱਡੀ ਐਡਾ ਵੱਡਾ ਨੁਕਸਾਨ ਹੋ ਗਿਆ ਜੀ ਪਰ ਕਿਸਾਨ ਜੀ ਅੱਜ ਬਗਣਾ ਵਾ ਜਾ ਕੇ ਖੁਸ਼ ਹੁੰਦਾ ਤਾੜੀਆਂ ਮਾਰਦਾ ਹੋਵੇ ਤੇ ਠੀਕ ਹੈ ਫਿਰ ਕਿਸਾਨ ਜਿੰਦਾਬਾਦ ਅ ਤੋਰੀ ਸਮਾ کافی ਹੋ ਗਿਆ ਅਸੀਂ ਹੁਣ ਸ਼ਰਮਾ ਜੀ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਨੇ ਤੋ ਸਾਨੂੰ ਲੱਗਦਾ ਕਿ ਸਾਨੂੰ ਇਹਦੇ ਵਿੱਚੋਂ ਇਸ ਗੱਲਬਾਤ ਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਔਰ ਜਿਹੜੇ ਜਾਗਰੂਕ ਕਿਸਾਨ ਵੀਰ ਹੋਣਗੇ ਸਾਡੇ ਅਗਾਂਹ ਵਧੂ ਕਿਸਾਨ ਹੋਣਗੇ ਉਹ ਜ਼ਰੂਰ ਇਹਦੀ ਜਿਹੜੀ ਅੰਦਰਲੀ ਭਾਵਨਾ ਨੂੰ ਸਮਝਣਗੇ ਔਰ ਇਹ ਜੋ ਮੌਕਾ ਮਿਲ ਰਿਹਾ ਹੈ ਕੇਂਦਰ ਸਰਕਾਰ ਵੱਲੋਂ 1 ਲੱਖ ਕਰੋੜ ਰੁਪਏ ਦਾ ਉਹਦੇ ਚ ਬਣਦਾ ਹਿੱਸਾ ਜਿਹੜਾ ਲੈ ਕੇ ਉਦਯੋਗ ਲਗਾ ਕੇ ਹੋਰ ਵੀ ਜਿਹੜਾ ਆਮ ਕਿਸਾਨ ਵਰਗ ਹੈ ਜਿਹੜਾ ਅਨਪੜ੍ਹ ਜਾਂ ਪਿਛੜਿਆ ਹੋਇਆ ਕਿਸਾਨ ਹੈ ਉਹਦੇ ਵੀ ਜਿਹੜੀ ਹੈ ਉਹਦੀ ਵਹਿਦਰੀ ਵਾਸਤੇ ਕੁਝ ਕੰਮ ਕਰ ਸਕਣਗੇ ਉਹਦੇ ਵਾਸਤੇ ਹਮਲਾ ਮਾਰਾਂਗੇ ਅਸੀਂ ਅਸੀਂ ਇਕੱਠੇ ਹੋਵਾਂਗੇ ਔਰ ਅਸੀਂ ਜਿਹੜੇ ਫੈਸਲੇ ਕਰਾਂਗੇ ਉਹ ਜਨਤਾ ਦੇ ਆਪਣੇ ਲੋਕਾਂ ਦੇ ਹਿੱਤਾਂ ਵਿੱਚ ਕਰਾਂਗੇ ਇੰਨੀ ਕਾਮਨਾ ਕਰਦੇ ਹੋਏ ਅਸੀਂ ਇੱਥੇ ਇਜਾਜ਼ਤ ਲੈਨੇ ਆ ਬਹੁਤ ਬਹੁਤ ਧੰਨਵਾਦ